ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਖੀ ਕਥਾ ਸਾਂਝੀ ਕਰਨ ਜਾ ਰਹੇ ਹਾਂ ਭਾਈ ਕਨਈਆ ਜੀ ਦੀ ਗੁਰੂ ਪਿਆਰਿਓ ਭਾਈ ਕਨਈਆ ਜੀ ਬਚਪਨ ਤੋਂ ਹੀ ਬੜੇ ਪ੍ਰੇਮ ਸੁਭਾਅ ਦੇ ਮਾਲਕ ਸਨ ਇਹਨਾਂ ਦੀ ਜਨਮ ਭੂਮੀ ਐ ਸੋਧਰਾ ਰੱਜੇ ਪੁੱਜੇ ਘਰ ਵਿੱਚ ਪੈਦਾ ਹੋਏ ਸਨ ਭਾਈ ਕਨਈਆ ਜੀ ਤੇ ਇਹਨਾਂ ਦੇ ਪਿਤਾ ਜੀ ਸਵਾਦਗਰ ਸਨ ਘਰ ਵਿੱਚ ਕੋਈ ਕਮੀ ਨਹੀਂ ਸੀ ਪਰ ਗੁਰੂ ਸਾਹਿਬ ਜੀ ਦੀ ਕਿਰਪਾ ਸੀ ਭਾਈ ਕਨਈਆ ਜੀ ਦੇ ਉੱਪਰ ਭਾਈ ਕਨਈਆ ਜੀ ਜਦੋਂ ਵੱਡੇ ਹੁੰਦੇ ਗਏ ਤੇ ਭਾਈ ਕਨਈਆ ਜੀ ਨੇ ਘਰੋਂ ਮਾਇਆ ਲੈ ਕੇ ਜਾਣੀ ਗੀਜੇ ਵਿੱਚ ਜੇਬ ਵਿੱਚ ਪਾ ਕੇ ਤੇ ਗਰੀਬਾਂ ਵਿੱਚ ਵੰਡਦੇ ਨੇ ਗਰੀਬਾਂ ਦੇ ਵਿੱਚ ਵੰਡ ਦਿਆ ਕਰਦੇ ਸਨ ਸੋ ਉਸ ਵੇਲੇ ਹਾਲਾਤ ਵੀ ਬੜੇ ਮਾੜੇ ਸਨ ਜ਼ਬਰ ਜ਼ੁਲਮ ਕਰਦੇ ਸੀ ਅਤਿਆਚਾਰ ਕਰਦੇ ਸੀ ਕਾਮਿਆਂ ਕੋਲੋਂ ਕੰਮ ਕਰਵਾ ਕੇ ਉਹਨਾਂ ਨੂੰ ਉਹਨਾਂ ਦੀ ਮਿਹਨਤ ਉਹਨਾਂ ਦੀ ਮਾਇਆ ਨਹੀਂ ਸੰਦੰਦੇ ਕਈ ਵਾਰ ਤੇ ਕਈ ਵਾਰ ਕੋਈ ਬਜ਼ੁਰਗ ਸਮਾਨ ਢੋਹਦਾ ਸੀ ਹਾਕਮਾ ਦਾ ਤੇ ਭਾਈ ਸਹਿਬ ਜੀ ਉਸ ਬਜ਼ੁਰਗ ਦੇ ਕੋਲੋਂ ਉਹਦੀ ਮਦਦ ਕਰ ਦਿੰਦੇ ਸਨ ਉਹਦੇ ਕੋਲੋਂ ਭਾਰ ਆਪਣੇ ਸਿਰ ਤੇ ਚੁੱਕ ਕੇ ਕਾਫੀ ਅੱਗੇ ਤੱਕ ਛੱਡ ਕੇ ਹੁੰਦੇ ਸਨ ਤੇ ਆਪਣੇ ਪੱਲਿਓਂ ਇਹਨਾਂ ਨੂੰ ਮਾਇਆ ਵੀ ਦੇ ਦਿੰਦੇ ਸਨ ਭਾਈ ਕਨਈਆ ਜੀ ਦਾ ਸੁਭਾਅ ਬੜਾ ਹੀ ਨਰਮ ਸੀ ਇੱਕ ਵਾਰ ਘਰੇ ਪਤਾ ਲੱਗ ਗਿਆ ਸਾਡਾ ਪੁੱਤਰ ਕਾਮਿਆਂ ਦੇ ਨਾਲ ਕੰਮ ਕਰਾਉਂਦਾ ਹੈ ਤੇ ਜਿਹੜੇ ਨੀਵੇਂ ਲੋਕ ਨੇ ਉਹਨਾਂ ਦੇ ਵਿੱਚ ਵਿਚਰਦਾ ਹੈ ਕੰਮ ਸਾਡੇ ਤੋਂ ਉਲਟ ਕਰਦਾ ਹੈ ਤਾਂ ਪਿਤਾ ਜੀ ਨਾਰਾਜ਼ ਹੋ ਗਏ ਪਿਤਾ ਜੀ ਨੇ ਗੁੱਸੇ ਵਿੱਚ ਆਖਿਆ ਤੂੰ ਇਹ ਕੀ ਕਰਦਾ ਹੈ ਤੇਰਾ ਜਨਮ ਰੱਜੇ ਪੁਜੇ ਘਰਾਣੇ ਵਿੱਚ ਹੋਇਆ ਹੈ ਨਾ ਕਿ ਗਰੀਬਾਂ ਦੀ ਕੁਲੀ ਵਿੱਚ ਤੇ ਤੂੰ ਇਦਾਂ ਨਾ ਕਰਿਆ ਕਰ ਸੋ ਮਾਤਾ ਜੀ ਦੇ ਨਾਲ ਜਦੋਂ ਗੱਲਬਾਤ ਹੋਈ ਮਾਤਾ ਜੀ ਨੇ ਵੀ ਇਹੀ ਸਮਝਾਇਆ ਕਿ ਸਾਡਾ ਜੋ ਸ਼ਰੀਕਾ ਹੈ ਬਰਾਦਰੀ ਹੈ ਜੇ ਉਹਦੇ ਵਿੱਚ ਇਹ ਗੱਲਾਂ ਪਤਾ ਲੱਗੀਆਂ ਤੇ ਅਸੀਂ ਕੀ ਦੱਸਾਂਗੇ ਉਹਨਾਂ ਨੂੰ ਤੇ ਅੱਗੋਂ ਜਵਾਬ ਆਇਆ ਭਾਈ ਕਨਈਆ ਜੀ ਦਾ ਭਾਈ ਕਨਈਆ ਜੀ ਕਹਿੰਦੇ ਮਾਤਾ ਜੀ ਜੇਕਰ ਮੇਰੇ ਕਰਕੇ ਤੁਹਾਡੀ ਬਰਾਦਰਰੀ ਦੇ ਵਿੱਚ ਗੱਲਾਂ ਹੁੰਦੀਆਂ ਨੇ ਤੁਹਾਨੂੰ ਤੇ ਜੇ ਕੋਈ ਗੱਲ ਕਰੇ ਅੱਜ ਤੋਂ ਬਾਅਦ ਤੇ ਉਹਨਾਂ ਨੂੰ ਆਖ ਦਿਓ ਕਿ ਮੇਰੇ ਘਰ ਕਮਲਾ ਪੁੱਤ ਪੈਦਾ ਹੋ ਗਿਆ ਉਹਨੂੰ ਪਤਾ ਕੁਝ ਨਹੀਂ ਲੱਗਦਾ ਉਹ ਕਮਲਾ ਹੈ ਤੁਸੀਂ ਐਦਾਂ ਕਹਿ ਦਿਆ ਕਰੋ ਸਮਾਂ ਬੀਤਦਾ ਗਿਆ ਪਰ ਨਰਮਾਈ ਖਤਮ ਨਾ ਹੋਈ ਵਾਦੀ ਚਲੇ ਗਈ ਕਿਰਾਂ ਇੱਕ ਬਜ਼ੂਰੀ ਪਿੰਡ ਦਾ ਸਿੱਖ ਸੀ ਉਹ ਸਿੱਖ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬਹੁਤ ਪੜਦਾ ਸੀ ਬੜੀ ਉੱਚੀ ਉੱਚੀ ਪੜਦਾ ਸੀ ਉਸ ਵੇਲੇ ਉਸ ਸਿੱਖ ਦੇ ਮੂੰਹੋਂ ਬਾਣੀ ਦੇ ਬਚਨ ਨਿਕਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨਿਕਲੇ ਤੇ ਭਾਈ ਕਨਈਆ ਜੀ ਦੇ ਕੰਨਿ ਪਏ ਭਾਈ ਕਨਈਆ ਜੀ ਉਹ ਬਚਨ ਸੁਣ ਕੇ ਉਸ ਸਿੱਖ ਨੂੰ ਪੁੱਛਣ ਲੱਗੇ ਕਿ ਬਚਨ ਕਿੰਨਾ ਦੇ ਨੇ ਮੇਰੇ ਅੰਦਰ ਇਹ ਤੂ ਪਾਉਂਦੇ ਨੇ ਇਹ ਬਚਨ ਮੇਰੇ ਮਨ ਦੇ ਉੱਤੇ ਗਹਿਰਾ ਪ੍ਰਭਾਵ ਪਾਉਂਦੇ ਨੇ ਆਗੋ ਸਿੱਖ ਨੇ ਆਖਿਆ ਇਹ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 9ਵੇਂ ਪਾਤਸ਼ਾਹੀ ਦੇ ਤੇ ਇਤਿਹਾਸ ਕਹਿੰਦਾ ਹੈ ਕਿ ਭਾਈ ਕਨਈਆ ਜੀ ਪ੍ਰਭਾਵਿਤ ਐਨੇ ਹੋਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਨੇ ਦਰਸ਼ਨ ਕੀਤੇ ਤੇ ਰੂਹ ਨੂੰ ਸਕੂਨ ਆ ਗਿਆ ਚੈਨ ਆ ਗਿਆ ਮਨ ਨੂੰ ਠੰਡ ਰਾਹਤ ਮਿਲ ਗਈ ਗੁਰੂ ਸਾਹਿਬ ਜੀ ਨੇ ਸੇਵਾ ਲਈ ਭਾਈ ਸਾਹਿਬ ਜੀ ਦੀ ਕਿ ਹਰ ਰੋਜ਼ ਜਲ ਲਿਉਣਾ ਹੈ ਗਾਗਰ ਵਿੱਚ ਪਰ ਕੇ ਹਰ ਰੋਜ਼ ਭਾਈ ਸਾਹਿਬ ਜੀ ਗਾਗਰ ਵਿੱਚ ਜਲ ਭਰ ਕੇ ਲਿਉਂਦੇ ਤੇ ਗੁਰੂ ਸਾਹਿਬ ਮਹਾਰਾਜ ਆਦਾ ਪੈਰਾਂ ਤੇ ਪਾ ਦਿੰਦੇ ਅਦਾ ਰੋੜ ਦਿੰਦੇ ਕਈ ਵਾਰ ਸਾਰਾ ਹੀ ਰੋੜ ਦਿੰਦੇ ਗੁਰੂ ਸਾਹਿਬ ਮਹਾਰਾਜ ਹਰ ਰੋਜ਼ ਇਦਾਂ ਕਰਦੇ ਗਏ ਭਾਈ ਸਾਹਿਬ ਜੀ ਰੋਜ਼ ਜਲ ਲੈ ਆਉਂਦੇ ਗਏ ਦੇਖੋ ਮਿਹਰ ਇੰਨੀ ਹੈ ਨਰਮਾਈ ਇੰਨੀ ਹੈ ਭਾਈ ਸਾਹਿਬ ਜੀ ਦੇ ਮਨ ਵਿੱਚ ਕਿ ਭਾਈ ਸਾਹਿਬ ਜੀ ਦੇ ਮਨ ਵਿੱਚ ਕਦੇ ਫੁਰਨਾ ਉੱਠਿਆ ਹੀ ਨਹੀਂ ਕਿ ਮੈਂ ਰੋਜ਼ ਇੰਨੀ ਦੂਰੋਂ ਪਾਣੀ ਭਰ ਕੇ ਲਿਆਉਂਦਾ ਹਾਂ ਤੇ ਗੁਰੂ ਸਾਹਿਬ ਰੋੜ ਦਿੰਦੇ ਹਨ ਇਹ ਫੁਰਨਾ ਹੀ ਕਦੇ ਨਹੀਂ ਉੱਠਿਆ ਕਿ ਮੈਂ ਪੁੱਛਾਂ ਜਾਂ ਗੱਲ ਕੀ ਹੈ ਕਿਉਂ ਕਰਦੇ ਨੇ ਕਦੇ ਫੁਰਨਾ ਹੀ ਨਹੀਂ ਉੱਠਿਆ ਸੇਵਾ ਰੀਜ ਨਾਲ ਕਰਦੇ ਗਏ ਲਗਾਤਾਰ ਤਿੰਨ ਕੁ ਮਹੀਨੇ ਕੀਤੀ ਸੇਵਾ ਇੱਕ ਵੇਰਾਂ ਭਾਈ ਸਾਹਿਬ ਜਲ ਲੈ ਕੇ ਆਏ ਤੇ ਗੁਰੂ ਸਾਹਿਬ ਮਹਾਰਾਜ ਜੀ ਆਨੇ ਪਛਾਣ ਕੀਤੀ ਗੁਰੂ ਸਾਹਿਬ ਛਾਤੀ ਮਾਰ ਕੇ ਦੇਖਦੇ ਨੇ ਕਿ ਅੰਦਰਲਾ ਭਾਂਡਾ ਤਿਆਰ ਹੋ ਗਿਆ ਗੁਰੂ ਸਾਹਿਬ ਮਹਾਰਾਜ ਜੀਆ ਨੇ ਆਪਣੇ ਸੋਹਣੇ ਸੋਹਣੇ ਹੱਥ ਭਾਈ ਸਾਹਿਬ ਜੀ ਦੇ ਸੀਸ ਦੇ ਉੱਤੇ ਰੱਖੇ ਮਿਹਰ ਕੀਤੀ ਗੁਰੂ ਘਰ ਵਿੱਚੋਂ ਮਾਣ ਪ੍ਰਾਪਤ ਹੋਇਆ ਭਾਈ ਸਾਹਿਬ ਜੀ ਸਮਾਪਿਤ ਦਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਜੋਤੀ ਜੋ ਸਮਾ ਗਏ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵੇਲੇ ਜਦੋਂ ਆਨੰਦਪੁਰ ਨੂੰ ਘੇਰਾ ਪਿਆ ਸੀ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ ਸਿੰਘ ਤੇ ਵੈਰੀ ਆਪਸ ਵਿੱਚ ਜੰਗ ਜੁੱਦ ਕਰਦੇ ਸਨ ਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਸਤਕਾਰੇ ਸਿੱਖ ਨੇ ਭਾਈ ਕਨਈਆ ਜੀ ਨੇ ਜਲ ਦੀ ਮਸ਼ਕ ਲਈ ਤੇ ਜਿਹੜਾ ਆਪਣੇ ਮੂੰਹ ਇਹ ਕਹਿੰਦਾ ਹੈ ਕਿ ਹਾਈ ਪਾਣੀ ਉਸ ਬੰਦੇ ਦੇ ਕੋਲ ਜਾ ਕੇ ਭਾਈ ਸਾਹਿਬ ਜੀ ਆਪਣਾ ਹੱਥ ਉਹਦੇ ਮੂੰਹ ਨੂੰ ਲਾਉਂਦੇ ਨੇ ਤੇ ਉਹਨੂੰ ਜਲ ਸ਼ਕਾਉਂਦੇ ਨੇ ਗੁਰੂ ਪਿਆਰੇ ਖਾਲਸਾ ਜੀ ਭਾਈ ਕਨਈਆ ਜੀ ਸੇਵਾ ਕਰਦੇ ਗਏ ਸਿੰਘਾਂ ਨੂੰ ਓਹ ਜਾਪਿਆ ਕਿ ਇਹ ਕੋਈ ਜਾਸੂਸ ਲੱਗਦਾ ਹੈ ਵੈਰੀਆਂ ਦੀ ਮਦਦ ਕਰਦਾ ਹੈ ਵੈਰੀਆਂ ਨੂੰ ਅਸੀਂ ਮਾਰਦੇ ਹਾਂ ਤੇ ਇਹ ਜਾਲ ਛਕਾਉਂਦਾ ਹੈ ਤੇ ਉਹਨਾਂ ਨੂੰ ਸਾਡੇ ਨਾਲ ਦੁਬਾਰਾ ਲੜਨ ਵਾਸਤੇ ਕਾਬਲ ਬਣਾ ਦਿੰਦਾ ਹੈ ਜਾਲ ਛਕਾ ਕੇ ਉਹਨਾਂ ਨੂੰ ਸਾਡੇ ਨਾਲ ਲੜਨ ਵਾਸਤੇ ਫਿਰ ਤੋਂ ਤਿਆਰ ਕਰ ਦਿੰਦਾ ਹੈ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਪੁੱਜ ਕੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਪਾਤਸ਼ਾਹ ਜੀਓ ਇੱਕ ਸਿੰਘਾ ਤੇ ਪਾਣੀ ਦੀ ਮਸ਼ਕਲ ਹੈ ਕਿ ਦੁਸ਼ਮਣਾਂ ਨੂੰ ਪਾਣੀ ਪਿਉਂਦਾ ਹੈ ਅਸੀਂ ਦੁਸ਼ਮਣਾਂ ਨੂੰ ਮਾਰਦੇ ਆਂ ਫਟੜ ਕਰਦੇ ਆਂ ਤੇ ਜਿਹੜਾ ਧਰਤੀ ਤੇ ਡੇਗ ਕੇ ਹਾਏ ਪਾਣੀ ਕਹਿੰਦਾ ਭਾਈ ਕਨਈਆ ਉਸ ਨੂੰ ਪਾਣੀ ਪਿਆ ਦਿੰਦਾ ਹੈ ਸ਼ਿਕਾਇਤ ਆਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਤੇ ਭਾਈ ਸਾਹਿਬ ਜੀ ਨੂੰ ਬੁਲਾਇਆ ਗਿਆ ਭਾਈ ਸਾਹਿਬ ਜੀ ਨੂੰ ਸਵਾਲ ਕੀਤਾ ਪਾਛਾ ਜੀ ਨੇ ਕਿ ਤੁਹਾਡੀਆਂ ਸ਼ਿਕਾਇਤਾਂ ਹੁੰਦੀਆਂ ਨੇ ਤੁਸੀਂ ਵੈਰੀ ਨੂੰ ਜਲ ਕਿਉਂ ਛਕਾਉਂਦੇ ਹੋ ਅਗੋਂ ਨਿਮਰਤਾ ਸਹਿਤ ਭਾਈ ਕਨਈਆ ਜੀ ਨੇ ਪਾਈ ਸਾਹਿਬ ਭਾਈ ਕਨਈਆ ਜੀ ਨੇ ਹੱਥ ਜੋੜੇ ਤੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇਹ ਬਚਨ ਆਪਣੇ ਮੂੰਹ ਆਕੇ ਨੇ ਭਾਈ ਸਾਹਿਬ ਭਾਈ ਕਨਈਆ ਜੀ ਕਹਿੰਦੇ ਨੇ ਕਿ ਪਾਤਸ਼ਾਹ ਜਦੋਂ ਮਨੂੰ ਕੋਈ ਕਹਿੰਦਾ ਹੈ ਕਿ ਪਾਣੀ ਪਿਲਾਓ ਤੇ ਪਾਤਸ਼ਾਹ ਮੈਨੂੰ ਤੇ ਵੈਰੀ ਦੀ ਆਵਾਜ਼ ਹੀ ਨਹੀਂ ਸੁਣਦੀ ਗੁਰੂ ਸਾਹਿਬ ਜੀ ਮੇਰੇ ਇਨਾਂ ਕੰਨਾ ਵਿੱਚ ਤੁਹਾਡੀ ਆਵਾਜ਼ ਪੈਂਦੀ ਹੈ ਗੁਰੂ ਸਾਹਿਬ ਜੀ ਜਦੋਂ ਮੈਂ ਉਸ ਬੰਦੇ ਦਾ ਵੱਲ ਦੇਖਦਾ ਹਾਂ ਤੇ ਮੈਨੂੰ ਵੈਰੀ ਨਹੀਂ ਜਾਪਦਾ ਮੈਨੂੰ ਤੁਹਾਡਾ ਚਿਹਰਾ ਜਾਪਦਾ ਹੈ ਭਾਈ ਸਾਹਿਬ ਭਾਈ ਕਨਈਆ ਜੀ ਤੇ ਇੰਨੀ ਕਿਰਪਾ ਸੀ ਕਿ ਉਹ ਘਟ ਘਟ ਵਿੱਚ ਪਛਾਣ ਕਰਦੇ ਸਨ ਪ੍ਰਮਾਤਮਾ ਦੀ ਈਸ਼ਵਰ ਦੀ ਭਗਵਾਨ ਦੀ ਪੂਜਨੀਕ ਸਤਗੁਰੂ ਜੀ ਦੀ ਭਾਈ ਸਾਹਿਬ ਭਾਈ ਕਨਈਆ ਜੀ ਹਰ ਜਗ੍ਹਾ ਲੱਭਦੇ ਸਨ ਹਰ ਜਗ੍ਹਾ ਵਸਦਾ ਵੀ ਹੈ ਉਹ ਉਹ ਪਰਮਾਤਮਾ ਹਰ ਜਗ੍ਹਾ ਵਸਦਾ ਹੈ ਸਾਡੀਆਂ ਦੇਖਣ ਵਾਲੀਆਂ ਅੱਖਾਂ ਨਹੀਂ ਭਾਈ ਸਾਹਿਬ ਜੀ ਹਰ ਸਮੇਂ ਹਰ ਜਗ੍ਹਾ ਹਰ ਖੇਤਰ ਵਿੱਚ ਹਰ ਖੇਤਰ ਵਿੱਚ ਉਹਨੂੰ ਲੱਭਦੇ ਰਹਿੰਦੇ ਸਨ ਉਹਨੂੰ ਦੇਖਦੇ ਰਹਿੰਦੇ ਸਨ ਐਨਾ ਨਰਮ ਸੁਭਾ ਇਹ ਜਦੋਂ ਗੱਲਾਂ ਸੁਣੀਆਂ ਭਾਈ ਕਨਈਆ ਜੀ ਦੇ ਮੁਖੋਂ ਦਸਵੇਂ ਪਾਤਸ਼ਾਹ ਮਹਾਰਾਜ ਉਹਨਾਂ ਨੇ ਸਿੱਖ ਤੇ ਮਿਹਰ ਕੀਤੀ ਸਿੰਘ ਤੇ ਕਿਰਪਾ ਕੀਤੀ ਰਹਿਮਤ ਕੀਤੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਿਆਰ ਦਿੱਤਾ ਤੇ ਲਾਗੇ ਪਈ ਮਰਮ ਤੇ ਪੱਟੀ ਦੇ ਕੇ ਭਾਈ ਸਾਹਿਬ ਨੂੰ ਆਖਿਆ ਕਿ ਹੁਣ ਤੂੰ ਮਰਮ ਪੱਟੀ ਵੀ ਨਾਲ ਲੈ ਜਾ ਤੇ ਜਦੋਂ ਲੋੜ ਪਈ ਤੇ ਇਹ ਮਰਮ ਤੇ ਪੱਟੀ ਨੂੰ ਵੀ ਵਰਤ ਲਵੀ ਗੁਰੂ ਪਿਆਰੇ ਖਾਲਸਾ ਜੀ ਹੈ ਕੋਈ ਐਸਾ ਗੁਰੂ ਜਿਹੜਾ ਆਪਣੇ ਦੁਸ਼ਮਣ ਦਾ ਵੀ ਭਲਾ ਕਰਦਾ ਹੈ ਦੁਸ਼ਮਣ ਦਾ ਵੀ ਬੁਰਾ ਨਹੀਂ ਸੋਚਦਾ ਹੈ ਕੋਈ ਐਸਾ ਗੁਰੂ ਸੋ ਗੁਰੂ ਪਿਆਰੇ ਖਾਲਸਾ ਜੀ ਇਹ ਸੀ ਇਤਿਹਾਸ ਭਾਈ ਕਨਈਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ